ਨਾਮ ਜਿਹੜਾ ਆ ਗੁਰਬਾਣੀ ਗੁਰੂ ਵਿੱਚ ਦੋ ਤਰੀਕੇ ਨਾਲ ਦੱਸਿਆ ਗਿਆ। ਇੱਕ ਨਾਮ ਹੈ ਅਖਰੀ ਨਾਮ, ਜਿਹੜਾ ਆਪਾਂ ਜਪਦੇ ਹਾਂ, ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਵਾਹਿਗੁਰੂ ਬੋਲਦੇ ਹਾਂ। ਇੱਕ ਇਹ ਨਾਮ ਹੈ, ਦੂਸਰਾ ਹੈ ਸਤਨਾਮ, ਜਿਹੜਾ ਆਪਣੇ ਅੰਦਰ ਅਨਹਤ ਬਾਣੀ ਦੇ ਰੂਪ ਵਿੱਚ ਪ੍ਰਗਟ ਹੁੰਦਾ, ਪੰਜ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ, ਉਹ ਹੈ ਸਤਨਾਮ। ਅਤੇ ਗੁਰਬਾਣੀ ਗੁਰੂ ਆਪਾਂ ਨੂੰ ਸਮਝਾਉਣਾ ਕਰਦੇ, ਕਹਿੰਦੇ ਨਾਮ ਦੇ ਰੰਗ ਨਾਲ ਧੋ ਹੋਣਾ। ਜਦੋਂ ਪਹਿਲੇ ਆਪਾਂ ਨਾਮ ਜਪਦੇ ਹਾਂ ਰਸਨਾ ਨਾਲ, ਫਿਰ ਆਪਣੇ ਅੰਦਰ ਨਾਮ ਪ੍ਰਗਟ ਹੋ ਜਾਂਦਾ। ਜਦੋਂ ਨਾਮ ਪ੍ਰਗਟ ਹੋ ਗਿਆ, ਪਹਿਲੇ ਆਪਾਂ ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ ਆ, ਅਤੇ ਆਵਾਜ਼ 'ਚ ਧਿਆਨ ਰੱਖ ਕੇ ਸਿਮਰਨ ਕਰਦੇ ਹਾਂ। ਫਿਰ ਆਪਾਂ ਜਿਹੜੀ ਆਵਾਜ਼ ਆਪਾਂ ਨੂੰ ਅੰਦਰੋਂ ਸੁਣਾਈ ਦਿੰਦੀ ਆ, ਆਪਾਂ ਉਹਨੂੰ ਲਗਾਤਾਰ ਸੁਣੀ ਜਾਂਦੇ ਹਾਂ, ਲਗਾਤਾਰ ਸੁਣੀ ਜਾਂਦੇ ਹਾਂ, ਉਹ ਅਸਲੀ ਨਾਮ ਹੈ, ਉਹਨੇ ਸਾਡੇ ਮਨ ਦੀ ਮੈਲ ਧੋਣੀ ਹੈ। ਇਸ ਲਈ ਦੋਨੋਂ ਨਾਮ ਹੀ ਜ਼ਰੂਰੀ ਆ। ਪਹਿਲੇ ਆਪਾਂ ਜਪ ਜਪਣਾ, ਮੂੰਹ ਨਾਲ ਜਪਣਾ ਆਪਾਂ ਨਾਮ, ਫਿਰ ਆਪਾਂ ਨਾਮ ਅੰਤਰਗਤ ਪਹੁੰਚਣਾ, ਫਿਰ ਜਿਹੜਾ ਅੰਦਰੋਂ ਚੱਲਦਾ ਹੈ ਆਪਾਂ ਨੂੰ ਬਸ ਸੁਣਨਾ ਹੁੰਦਾ। ਪਰ ਸੁਣਨਾ ਵਿਚਾਰਾਂ ਤੋਂ ਰਹਿਤ ਹੋ ਕੇ ਹੁੰਦਾ। ਜੇ ਆਪਾਂ ਵਿਚਾਰਾਂ ਵਿੱਚ ਰਹਿੰਦੇ ਹਾਂ, ਸੁਣਦੇ ਹਾਂ, ਫਿਰ ਉਹਦਾ ਓਨਾ ਅਸਰ ਲਾਹਾ ਨਹੀਂ ਮਿਲ ਪਾਉਂਦਾ ਆਪਾਂ ਨੂੰ। ਇਸ ਲਈ ਨਾਮ ਜਿਹੜਾ ਹੈ ਬਹੁਤ ਵੱਡੀ ਤਾਕਤ ਹੈ, ਇਹ ਸੰਸਾਰ ਨੂੰ ਚਲਾਉਣ ਵਾਲੀ ਤਾਕਤ ਹੈ। ਕਹਿੰਦੇ ਗੁਰਬਾਣੀ ਗੁਰੂ ਸਮਝਾਉਂਦੇ, ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ। ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਮਨ ਦੀ ਮੈਲ ਜਿਹੜੀ ਆ, ਜਿਹੜੀ ਮਲ ਹੈ, ਜਿਹੜੀ ਮੈਲ ਹੈ ਮਨ ਦੀ, ਉਹ ਉਤਰ ਜਾਂਦੀ ਹੈ, ਮਨ ਦਾ ਇਸ਼ਨਾਨ ਹੁੰਦਾ। ਜਦੋਂ ਆਪਾਂ ਇਸ ਤਰੀਕੇ ਨਾਲ ਸੰਗਤ ਵਿੱਚ ਬੈਠ ਕੇ ਸਿਮਰਨ ਕਰਦੇ ਹਾਂ, ਤਾਂ ਆਪਣਾ ਜਿਹੜਾ ਮਨ ਦਾ ਇਸ਼ਨਾਨ ਹੋ ਰਿਹਾ ਹੁੰਦਾ, ਸਾਡਾ ਜਿਹੜਾ ਮਨ ਦਾ ਇਸ਼ਨਾਨ ਆ, ਉਹ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਹੁੰਦਾ। ਅੰਮ੍ਰਿਤਸਰ ਜਿਹੜਾ ਹੈ, ਜਿਹਨੂੰ ਕਹਿੰਦੇ ਅੰਮ੍ਰਿਤ ਦਾ ਭਰਿਆ ਹੋਇਆ ਸਰੋਵਰ, ਸਾਡਾ ਮਨ ਉੱਥੇ ਇਸ਼ਨਾਨ ਕਰਦਾ, ਅੰਤਰਗਤ ਇਸ਼ਨਾਨ ਕਰਦਾ ਮਨ, ਜਦੋਂ ਆਪਾਂ ਸਿਮਰਨ ਕਰਦੇ ਵਾਹ ਗੁਰੂ ਵਾਹ ਗੁਰੂ ਜਪਦੇ ਹਾਂ। ਉਸ ਤੋਂ ਬਾਅਦ ਜਦੋਂ ਆਪਾਂ ਨਾਮ ਸੁਣਦੇ ਹਾਂ, ਫਿਰ ਵੀ ਇੱਦਾਂ ਹੀ ਹੁੰਦਾ। ਇਹ ਬਹੁਤ ਵੱਡੀ ਅੱਛੀ ਕਿਰਪਾ ਹੈ, ਬਹੁਤ ਵੱਡੀ ਕਿਰਪਾ ਦੀ ਨਿਸ਼ਾਨੀਆਂ ਨੇ ਇਹ, ਅਤੇ ਆਪਾਂ ਇਸੇ ਤਰੀਕੇ ਨਾਲ ਲਾਹਾ ਲੈਂਦੇ ਰਹਿਣਾ, ਤਾਂ ਕਿ ਸਾਡੇ ਮਨ ਦੇ ਵਿੱਚ ਜਿਹੜਾ ਚਾਅ ਹੈ, ਉਹ ਇੰਨਾ ਜ਼ਿਆਦਾ ਚਾਅ ਬਣ ਜਾਵੇ ਪਰਮਾਤਮਾ ਦੇ ਸਿਮਰਨ ਦਾ, ਕਿ ਇੱਕ ਟਾਈਮ 'ਤੇ ਆ ਕੇ ਸਾਨੂੰ ਇਹ ਕਹਿਣਾ ਪਵੇ ਕਿ ਲਾਖ ਜੇਬਾਂ ਦੇ ਹੋ ਮੇਰੇ ਪਿਆਰੇ, ਮੁੱਖ ਹਰ ਅਰਾਧ ਤੇਰਾ ਨਾਮ। ਪਰਮਾਤਮਾ ਜਿਹੜਾ ਮੁੱਖ ਆ ਨਾ ਮੇਰਾ, ਜਿਹੜੀ ਰਸਨਾ ਆ, ਵੀ ਇਹ ਤੇਰਾ ਹੀ ਨਾਮ ਜਪਦੀ ਰਹੇ, ਇਹ ਮੇਰੇ ਤੋਂ ਹੋਰ ਕੋਈ ਗੱਲ ਹੋਵੇ ਹੀ ਨਾ। ਪਰਮਾਤਮਾ ਜਦੋਂ ਗੱਲ ਹੋਵੇ ਤੇਰੇ ਨਾਮ ਦੀ ਗੱਲ ਹੋਵੇ, ਜਦੋਂ ਜਪਾਂ ਮੈਂ ਤੇਰਾ ਨਾਮ ਹੀ ਇਸ ਰਸਨਾ ਤੋਂ ਜਪਾਂ, ਜਦੋਂ ਸੁਣਾ ਜਿਹੜਾ ਕੰਨਾਂ ਨਾਲ ਤੇਰਾ ਨਾਮ ਹੀ ਸੁਣਾ। ਇਸ ਲਈ ਕਹਿੰਦੇ ਇਹ ਫਿਰ ਕਿਰਪਾ ਹੋਣੀ ਹੈ, ਮਨ ਅਰਦਾਸ ਕਰੇਗਾ ਪਰਮਾਤਮਾ ਮੈਨੂੰ ਲੱਖਾਂ ਜੀਵਾਂ ਦੇ, ਮੈਂ ਤੇਰਾ ਨਾਮ ਜਪਣਾ ਚਾਹੁੰਦਾ, ਮੈਨੂੰ ਬਹੁਤ ਰਸ ਆਉਂਦਾ। ਫਿਰ ਮਨ ਅਰਦਾਸ ਕਰਦਾ ਅੰਤਰਗਤ, ਜਦੋਂ ਕਹਿੰਦਾ ਵਾਹ ਗੁਰੂ, ਰੁਕਣ ਨੂੰ ਜੀ ਨਹੀਂ ਕਰਦਾ ਆਨੰਦ, ਕਿਉਂਕਿ ਖੇੜਾ ਅੰਦਰ ਵੜ ਰਿਹਾ ਨਾ, ਅੰਦਰ ਸਬਰ ਆ ਰਿਹਾ, ਸੰਤੋਖ ਆ ਰਿਹਾ। ਇਹ ਇਕੱਲਾ ਸਿਮਰਨ ਕਰਨ ਦੇ ਨਾਲ ਕੀ ਹੁੰਦਾ, ਸਿਮਰਨ ਕਰਨ ਦੇ ਨਾਲ ਜਿਹੜੇ ਪਰਮਾਤਮਾ ਦੇ ਗੁਣ ਆ,
ਉਹ ਗੁਣ ਪਰਮਾਤਮਾ ਦੇ ਮਨ ਬੱਚੇ ਵਿੱਚ ਆਉਣ ਲੱਗ ਜਾਂਦੇ ਆ। ਜਿਹੜਾ ਪਰਮਾਤਮਾ ਦਾ ਮਨ ਬੱਚਾ ਸਾਡੇ ਅੰਦਰ ਬੈਠਾ, ਜਿਹੜਾ ਖੇਡ ਖੇਡਦਾ, ਜਿਹੜੇ ਪਰਮਾਤਮਾ ਦੇ ਗੁਣੇ ਆ, ਸ਼ੁਭ ਗੁਣੇ ਆ, ਕਿਉਂਕਿ ਉਹ ਬੇਅੰਤ ਗੁਣਾਂ ਦਾ ਖਜ਼ਾਨਾ ਆ ਪਰਮਾਤਮਾ। ਪਰਮਾਤਮਾ ਦੇ ਵਿੱਚ ਇੰਨੇ ਜ਼ਿਆਦਾ ਗੁਣੇ ਆ ਜਿਹਨਾਂ ਦਾ ਕਿ ਅੱਜ ਤੱਕ ਸਾਡੇ ਵਰਗੇ ਜੀਵਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ। ਇਹਦਾ ਤਾਂ ਕੋਈ ਅੰਤ ਪਾਰਾਵਾਰ ਹੈ ਹੀ ਨਹੀਂ, ਜਿਹਨੂੰ ਬੇਅੰਤ ਕਹਿ ਦਿੰਦੇ ਆ। ਪਰਮਾਤਮਾ ਵਿੱਚ ਇੰਨੇ ਗੁਣ ਆ, ਉਹ ਗੁਣ ਸਾਡੇ ਮਨ ਵਿੱਚ ਆ ਕੇ ਵਸਣੇ ਸ਼ੁਰੂ ਹੋ ਜਾਂਦੇ ਆ, ਅਤੇ ਸਾਡਾ ਮਨ ਵੀ ਦਿਆਲੂ ਬਣ ਜਾਂਦਾ, ਕਿਰਪਾਲੂ ਬਣ ਜਾਂਦਾ, ਹਰ ਇੱਕ ਦੀ ਅਵਸਥਾ ਨੂੰ ਸਮਝਣ ਲੱਗ ਜਾਂਦਾ। ਕੋਈ ਕੌਣ ਹੈ, ਕਿਹੋ ਜਿਹੇ ਸਿਨੈਰੀਓ ਵਿੱਚ ਬੈਠਾ ਆ, ਕੋਈ ਕਿਹੋ ਜਿਹੀ ਪੋਜੀਸ਼ਨ ਵਿੱਚ ਬੈਠਾ, ਮਨ ਬਹੁਤ ਦਇਆਵਾਨ ਹੋ ਜਾਂਦਾ, ਮਨ ਧਰਮੀ ਹੋ ਜਾਂਦਾ, ਧਰਮ ਕਮਾਉਂਦਾ, ਸਿਮਰਨ ਕਰਦਾ, ਗੁਰਬਾਣੀ ਪੜ੍ਹਦਾ, ਨਾਮ ਜਪਦਾ, ਸੇਵਾ ਕਰਦਾ, ਸੰਗਤ ਕਰਦਾ, ਮਨ ਧਰਮੀ ਹੋਣ ਲੱਗ ਜਾਂਦਾ। ਮਨ ਹੋਰ ਗੁਰਬਾਣੀ ਪੜ੍ਹਦਾ, ਸਹਿਜ ਪਾਠ ਕਰਦਾ, ਆਪ ਜਪਦਾ, ਹੋਰਾਂ ਨੂੰ ਜਪਣ ਦੇ ਲਈ ਪ੍ਰੇਰਿਤ ਕਰਨ ਲੱਗ ਜਾਂਦਾ। ਉਹਦੇ ਗੁਣੇ ਆ ਇਹ, ਹਰ ਇੱਕ ਨੂੰ ਬਖਸ਼ਣ ਲੱਗ ਜਾਂਦਾ, ਆਪਣੇ ਮਨ 'ਚ ਸਹਿਜ ਆਉਣ ਲੱਗ ਜਾਂਦਾ। ਇਹ ਉਹਦੇ ਇਸ ਕਰਕੇ ਗੁਣੇ ਆ, ਨਾ ਡਰਦਾ ਆ, ਨਾ ਡਰਾਉਂਦਾ ਆ, ਨਾ ਕਿਸੇ ਨਾਲ ਵੈਰ ਰੱਖਦਾ ਆ, ਨਾ ਵੈਰ ਕਮਾਉਂਦਾ ਆ, ਇਹ ਸਾਰੇ ਉਹਦੇ ਗੁਣੇ ਆ। ਅਤੇ ਫਿਰ ਇੱਕ ਜਦੋਂ ਐਂਡ 'ਤੇ ਗੁਣ ਆਉਂਦਾ ਅਜੂਨੀ, ਨਾ ਪਰਮਾਤਮਾ ਜੂਨਾ ਜਾਂਦਾ, ਫਿਰ ਜਿਹੜਾ ਸਾਡਾ ਮਨ ਵੀ ਹੈ ਉਹ ਅਜੂਨੀ ਵਾਲਾ ਪੈਂਡਾ ਤੈਅ ਕਰਨਾ ਸ਼ੁਰੂ ਕਰ ਦਿੰਦਾ ਕਿ ਮਨ ਵੀ ਹੁਣ ਜੂਨਾ 'ਚ ਨਾ ਆਵੇ। ਮਨ ਫਿਰ ਉਹ ਰਸਤੇ 'ਤੇ ਚਲਾਉਣਾ ਸ਼ੁਰੂ ਕਰ ਦਿੰਦਾ, ਮਨ ਉਸ ਰਸਤੇ ਦਾ ਪੈਂਡਾ ਤੈਅ ਕਰਨਾ ਸ਼ੁਰੂ ਕਰ ਦਿੰਦਾ, ਉਸ ਮੰਜ਼ਿਲ ਦੇ ਉੱਤੇ ਪਹੁੰਚਣ ਦੇ ਲਈ ਚਲਣਾ ਸ਼ੁਰੂ ਕਰ ਦਿੰਦਾ ਕਿ ਤਾਂ ਕਿ ਉਹ ਜੂਨਾਂ 'ਚ ਨਾ ਆਵੇ। ਪਰ ਇਹ ਸਾਰਾ ਕੁਛ ਹੋਣਾ ਕਿਹਦੇ ਨਾਲ ਆ? ਸਾਰਾ ਕੁਛ ਹੋਣਾ ਸਿਮਰਨ ਨਾਲ, ਗੁਰਪ੍ਰਸਾਦ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਅਕਾਲ ਪੁਰਖ ਵਾਹਿਗੁਰੂ ਦੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਹੋਣਾ। ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਦੇ ਅੱਗੇ ਖੜ ਕੇ ਬੇਨਤੀ ਜੋਤਰੀ ਕਰਦੇ ਹਾਂ, ਪਰਮਾਤਮਾ ਜੀ ਸਾਨੂੰ ਸੰਗਤ ਬਖਸ਼ੋ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੋ, ਫਿਰ ਉਹ ਚੜ੍ਹਦੀ ਕਲਾ ਕਿੱਦਾਂ ਹੋਣੀ ਆ? ਜਪ ਜਪ ਕੇ ਹੋਣੀ ਆ। ਫਿਰ ਮਨ ਦੇ ਵਿੱਚ ਹੌਲੀ ਹੌਲੀ ਉਹ ਵਾਲੇ ਗੁਣ ਆਉਣਗੇ, ਸ਼ੁਭ ਗੁਣ, ਤਾਂ ਚੜ੍ਹਦੀ ਕਲਾ ਹੋਣੀ ਆ। ਅਤੇ ਇਸ ਲਈ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਕਹਿੰਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਕਹਿੰਦੇ ਸਭ ਤੋਂ ਉੱਚਾ ਹੈ ਪ੍ਰਭ ਦਾ ਸਿਮਰਨ। ਕਹਿੰਦੇ ਪ੍ਰਭ ਕਹਿ ਸਿਮਰਨ ਉਧਰੇ ਮੂਚਾ, ਚਿੰਤਾਵਾਂ, ਫਿਕਰ, ਝੋਰੇ, ਟੈਂਸ਼ਨਾਂ ਕਹਿੰਦੇ ਮੁੱਕਣ ਲੱਗ ਜਾਂਦੀਆਂ ਸਿਮਰਨ ਕਰਕੇ। ਕਹਿੰਦੇ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝ, ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਤ੍ਰਿਸ਼ਨਾ, ਵੀ ਮੈਂ ਹੋਰ ਅੱਗੇ ਚੱਲਾਂ, ਮੈਨੂੰ ਆਹ ਮਿਲ ਜਾਵੇ, ਮੈਨੂੰ ਉਹ ਮਿਲ ਜਾਵੇ, ਤ੍ਰਿਸ਼ਨਾ ਅੰਦਰ ਜਿਹੜੀ ਆ, ਕਹਿੰਦੇ ਉਹ ਬੁਝਣੀ ਸ਼ੁਰੂ ਹੋ ਜਾਂਦੀ ਆ। ਅਤੇ ਗੁਰਬਾਣੀ ਗੁਰੂ ਸਮਝਾਉਂਦੇ, ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕਹਿੰਦੇ ਤ੍ਰਿਸ਼ਨਾ ਬੜੇ ਵਿਰਲੇ, ਬਹੁਤ ਕੋਈ ਵਿਰਲਾ ਕਹਿੰਦੇ ਜੀਵ ਆ ਉਹਦੀ ਤ੍ਰਿਸ਼ਨਾ ਬੁੱਝਦੀ ਆ, ਹਰ ਕਿਸੇ ਦੀ ਤ੍ਰਿਸ਼ਨਾ ਨਹੀਂ ਬੁੱਝ ਜਾਂਦੀ। ਕਹਿੰਦੇ ਇਹ ਬਹੁਤ ਵਿਰਲਿਆਂ ਦੀ ਬੁੱਝਦੀ ਆ। ਕਹਿੰਦੇ ਪ੍ਰਭ ਕਹਿ ਸਿਮਰਨ ਸਭ ਕੁਝ ਸੁਝੈ, ਸੁਝੈ ਤੋਂ ਭਾਵ ਸੁਝਣ ਲੱਗ ਜਾਂਦਾ, ਸਮਝ ਲੱਗਣ ਲੱਗ ਜਾਂਦਾ, ਅੰਦਰੋਂ ਸ੍ਰੇਸ਼ਟ ਗਿਆਨ ਪ੍ਰਗਟ ਹੋਣ ਲੱਗ ਜਾਂਦਾ,
ਆਪ ਗਿਆਨ ਅੰਦਰੋਂ ਆਉਣਾ ਸ਼ੁਰੂ ਹੁੰਦਾ। ਤੇ ਫਿਰ ਅੱਗੇ ਕੀ ਸਮਝਾਉਂਦੇ ਹੋ, ਕਹਿੰਦੇ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਕਹਿੰਦੇ ਜਿਹੜੇ ਜੰਮਾਂ ਦੀ ਤਰਾਸ ਆ, ਜਿਹੜੀ ਉਹਨਾਂ ਦੀ ਫਾਹੀ ਆ, ਉਹ ਕੱਟੀ ਜਾਂਦੀ ਆ।